ਪੰਜਾਬ ਦੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਸ਼ਨੀਵਾਰ ਨੂੰ ਅਚਾਨਕ ਅੰਮ੍ਰਿਤਸਰ ਦੀ ਤਹਿਸੀਲ ਦੇ ਵਿੱਚ ਪ੍ਰਸ਼ਾਸਨਿਕ ਕੰਮ ਕਾਰਜ ਦਾ ਜਾਇਜ਼ਾ ਲੈਣ ਲਈ ਪਹੁੰਚੇ ਪਰ ਇਸ ਮੌਕੇ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦਰਅਸਲ ਹੁਣ ਸਾਰਾ ਕੰਮ ਆਨਲਾਈਨ ਹੋਣ ਦੇ ਬਾਵਜੂਦ ਵੀ ਲੋਕਾਂ ਦੀਆਂ ਮੁਸ਼ਕਲਾਂ ਦਾ ਕਾਰਨ ਇਹ ਸੀ ਕਿਉਂਕਿ ਬੀਤੇ ਦਿਨੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਿੰਦਰ ਸਿੰਗਲਾ ਦੇ ਦੇਹਾਂਤ ਤੋਂ ਬਾਅਦ ਸੂਬਾ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਇਸੇ ਕਾਰਨ ਆਨਲਾਈਨ ਮਿਲੇ ਹੋਏ ਵਕਤ ਕਾਰਨ ਮੁਸ਼ਕਲਾਂ ਦਾ ਸਬੱਬ ਬਣਿਆ ਹੋਇਆ ਸੀ। ਬੜੀ ਮਾੜੀ ਘਟਨਾ ਵਾਪਰੀ। ਜਿਹੜੇ ਸਾਡੇ ਸਤਿਕਾਰਯੋਗ ਸੀਨੀਅਰ ਲੀਡਰ ਸੀ ਸੁਰਿੰਦਰ ਸਿੰਗਲਾ ਜੀ, ਜਿਹੜੇ ਫਾਈਨੈਂਸ ਮਿਨਿਸਟਰ ਵੀ ਰਹੇ ਪੰਜਾਬ ਦੇ, ਉਹਨਾਂ ਦਾ ਦੇਹਾਂਤ ਹੋ ਗਿਆ ਔਰ ਉਹਦੇ ਕਰਕੇ ਜਿਹੜੀ ਕੱਲ੍ਹ ਸਾਨੂੰ ਛੁੱਟੀ ਕਰਨੀ ਪਈ, ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੇ ਛੁੱਟੀ ਡਿਕਲੇਅਰ ਕਰਤੀ ਉਹਦੇ ਕਰਕੇ, ਕਿਉਂਕਿ ਟਾਈਮ ਪਹਿਲਾਂ ਲੋਕਾਂ ਦੇ ਰੱਖੇ ਸੀ ਜਿਹੜੇ ਰਜਿਸਟਰੀਆਂ ਕਰਾਉਣ ਆਉਂਦੇ ਆ। ਔਨਲਾਈਨ ਦਾ ਮਤਲਬ ਹੀ ਹੈ ਕਿਉਂਕਿ ਪਿਛਲੇ ਤੁਹਾਨੂੰ ਪਤਾ ਇਹ ਥੋੜ੍ਹੇ ਦਿਨ ਹੋਏ ਆ ਜਿੱਦਣ ਅੰਮ੍ਰਿਤਸਰ ਵੀ ਔਨਲਾਈਨ ਕੀਤਾ ਔਰ ਉਹਦੇ 'ਚ ਸਾਰਾ ਪੰਜਾਬ ਇਸ ਵੇਲੇ ਕਵਰਡ ਆ ਅਤੇ ਲੋਕਾਂ ਨੂੰ ਮੁਸ਼ਕਲਾਂ ਨਾ ਆਉਣ। ਉਹ ਅਚਨਚੇਤ ਛੁੱਟੀ ਹੋਣ ਕਰਕੇ ਜਿਹੜੇ ਲੋਕ ਕੱਲ੍ਹ ਨਹੀਂ ਰਜਿਸਟਰੀਆਂ ਕਰ ਸਕਦੇ ਉਹਨਾਂ ਦਾ ਟਾਈਮ ਮਿਲਿਆ ਸੀ ਉਹਨਾਂ ਨੂੰ ਅਤੇ ਸਾਡੇ ਦੋਵੇਂ ਸਬ ਰਜਿਸਟਰ ਸਾਹਿਬ ਅੱਜ ਇੱਥੇ ਬੈਠੇ ਸੀਗੇ ਅਤੇ ਮੈਂ ਇਹੋ ਹੀ ਵੇਖਣ ਆਇਆ ਸਾਂ ਵੀ ਜਿਹੜੀਆਂ ਕੱਲ੍ਹ ਰਹਿ ਗਈਆਂ ਉਹ ਰਜਿਸਟਰੀਆਂ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ, ਤਾਂ ਉਹ ਵੇਖਣ ਆਏ ਆ। ਬਾਕੀ ਠੀਕ ਆ, ਮੈਂ ਲੋਕਾਂ ਨੂੰ ਵੀ ਮਿਲਿਆ, ਮੈਨੂੰ ਨਹੀਂ ਲੱਗਦਾ ਕਿ ਔਨਲਾਈਨ ਦੇ ਨਾਲ ਲੋਕਾਂ ਨੂੰ ਕੋਈ ਪਰੇਸ਼ਾਨੀ ਆ ਰਹੀ ਆ। ਖੁਸ਼ ਨੇ ਲੋਕ ਨਹੀਂ, ਇੰਝ ਆ ਵੇਖੋ, ਕੋਈ ਵੀ ਚੀਜ਼ ਜਦੋਂ ਨਵੀਂ ਸ਼ੁਰੂ ਕਰਦੇ ਹਾਂ ਉਹਦੇ 'ਚ ਕੋਈ ਨਾ ਕੋਈ ਪ੍ਰੋਬਲਮ ਤਾਂ ਆਉਂਦੀ ਆ। ਹੁਣ ਜਿਸ ਤਰ੍ਹਾਂ ਅੱਜ ਇਹਨਾਂ ਨੂੰ ਪੁੱਛਿਆ, ਇਹ ਵੀ ਸਾਨੂੰ ਦੱਸਣਗੇ, ਅਸੀਂ ਫਿਰ ਮੀਟਿੰਗ ਕਰਾਂਗੇ, ਜਿਹੜੀਆਂ ਜਿਹੜੀਆਂ ਪ੍ਰੋਬਲਮ ਵਿੱਚ ਆਈ ਜਾਣਗੀਆਂ ਉਹਨਾਂ ਨੂੰ ਸੋਲਵ ਨਾਲ ਕਰਾਂਗੇ। ਬਿਲਕੁਲ ਜੀ, ਅੱਜ ਤੁਸੀਂ ਆਹ ਹੀ ਵੇਖ ਲਓ, ਇੱਥੇ ਆਹ ਲੋਕਾਂ ਦੇ ਬੈਠਣ ਲਈ ਜਗ੍ਹਾ ਆ, ਬਾਕੀ ਵੱਖਰੇ ਵੱਖਰੇ ਕੈਬਨ ਬਣੇ ਆ, ਸਬ ਰਜਿਸਟਰਾਰ ਸਾਹਿਬ ਜਿੱਥੇ ਬੈਠਦੇ ਆ ਉੱਥੇ ਬੈਠ ਕੇ ਉਹਨਾਂ ਨੇ ਰਜਿਸਟਰੀਆਂ ਕਰਨੀਆਂ। ਪਰ ਉਹ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਹੀ ਦੱਸਿਆ ਕਿ ਕਈ ਥਾਵਾਂ 'ਤੇ ਟਾਈਮ ਇਹ ਜ਼ਿਆਦਾ ਲੱਗ ਜਾਂਦਾ ਕਿਉਂਕਿ ਮਾਲਕ ਜਿਹੜੇ ਉਹ ਜ਼ਿਆਦਾ ਹੁੰਦੇ ਆ, ਕਿਉਂਕਿ ਸਾਂਝਾ ਖਾਤੇ ਹੁੰਦੇ ਆ, ਉਹ ਫਿਰ ਸਾਰਿਆਂ ਦੇ ਅੰਗੂਠੇ ਵਗੈਰਾ ਲੱਗਣੇ, ਉੱਥੇ ਥੋੜ੍ਹੀ ਜਿਹੀ ਟਾਈਮ ਦੀ ਦਿੱਕਤ ਆ। ਕੋਈ ਗੱਲ ਨਹੀਂ, ਸਭ ਦੂਰ ਕਰਾਂਗੇ।